सत श्री अकाल, मैं किरण ते तुसी देख रहे हो हॉट न्यूज इंडिया टीवी। दिल्ली दे जंतर मंतर ते लंबे समय तो धरना दे रही महिला पहलवाना दे हक च किसान जथेबंदियां ने पटियाला विच केंद्रीय मंत्री ब्रिज भूषण का पुतला फूक के रोज मुजाहरा किया। जिक्रयोग है कि महिला पहलवाना वालों भाजपा आगू ब्रिज भूषण खिलाफ जिनसी शोषण के इल्जाम लगाए गए हैं, जिस तों बाद ब्रिज भूषण खिलाफ परचा भी दर्ज हो चुका है। पर पहलवाना दी मंग है कि ब्रिज भूषण दी गिरफ्तारी कीती जावे, जिस नूं लैके वख-वख किसान जथेबंदियां वल्लों पहलवाना दे हक च सड़कां ते उतर के रोस मुजाहरा कीता जा रहा है। हॉट न्यूज़ इंडिया टीवी दे लई बलजीत सरना दी रिपोर्ट। ਜੀ ਬਾਬਾ ਜੀ, ਕੀ ਨਾਮ ਹੈ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਹਦਾ ਪੁਤਲਾ ਸਾੜਿਆ ਗਿਆ? ਮੇਰਾ ਨਾਮ ਕਰਨੈਲ ਸਿੰਘ ਲੰਗ, ਭਾਰਤੀ ਕਿਸਾਨ ਯੂਨੀਅਨ ਦੇ ਏਕਤਾ ਆਜ਼ਾਦ ਸੂਬੇ ਦੀ ਕਾਰਜਕਾਰੀ 9 ਮੈਂਬਰੀ ਕਮੇਟੀ ਦਾ ਮੈਂਬਰ। ਜਿਹੜਾ ਇਹ ਅੱਜ ਪੁਤਲਾ ਸਾੜਿਆ ਗਿਆ, ਜਿਹੜੀਆਂ ਸਾਡੇ ਦੇਸ਼ ਦੀਆਂ ਨੌਜਵਾਨ ਸਾਡੀਆਂ ਬੇਟੀਆਂ, ਉਹਨਾਂ ਨੇ ਦੇਸ਼ ਦਾ ਮਾਨ ਉੱਚਾ ਕਰਿਆ, ਸ਼ਾਨ ਉੱਚੀ ਕਰੀ, ਵੱਡੇ ਵੱਡੇ ਮਾਡਲਾਂ ਦੇ ਨਾਲ ਸਨਮਾਨਿਤ ਕਰਿਆ ਸਰਕਾਰਾਂ ਨੇ। ਅੱਜ ਉਹਨਾਂ ਦਾ ਉੱਥੇ ਦੇ ਗੁੰਡੇ ਲੋਕ ਸ਼ੋਸ਼ਣ ਕਰਦੇ ਨੇ ਵੀ ਇਹੋ ਜਿਹਾ ਸ਼ੋਸ਼ਣ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਬੀਬੀਆਂ ਨੇ ਇੱਕ ਦੂਜੀ ਨੂੰ, ਕੁੜੀਆਂ ਨੇ ਦੱਸਿਆ ਵੀ ਤੇ ਆਹ ਮੇਰੇ ਗੱਲ ਆਹ ਕੁਛ ਹੋਇਆ, ਮੇਰੇ ਗੱਲ ਇਹ ਕੁਛ ਹੋਇਆ। ਉਹ ਆਪਣਾ ਇਨਸਾਫ ਲੈਣ ਦੇ ਮਾਰੇ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕਰੀ ਹੈ ਜੰਤਰ ਮੰਤਰ ਦੇ। ਕੱਟਿਆ ਹੋਈਆਂ ਕਿੰਨਾ ਚਿਰ ਤੋਂ ਬੈਠੇ ਨੇ ਆਪਣਾ ਇਨਸਾਫ ਲੈਣ ਵਾਸਤੇ। ਇਹ ਭਾਰਤ ਦੀ ਸਰਕਾਰ ਉਹਦਾ ਪੱਖ ਤੋਰਦੀ ਹੈ, ਜਿਹੜਾ ਭੂਸ਼ਣ ਕਹਿ ਰਹੇ ਨੇ ਉਹਦਾ ਜਿਹੜਾ ਪੱਖ ਹੈ ਤੋਰਿਆ ਜਾ ਰਿਹਾ ਹੈ। ਸਾਡੇ ਜਿਹੜੇ ਪੰਜਾਬ ਦੇ ਹਿੱਸੇ ਦੇ ਵਿੱਚ ਐਸੀ ਵਿਰਾਸਤ ਸਾਮੀ ਹੈ, ਐਸੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਜਿਹੜਾ ਬਹੁ ਬੇਟੀਆਂ ਤੇ ਕੋਈ ਜ਼ੁਲਮ ਹੋਇਆ ਹੈ ਉਹਨੂੰ ਸਹਿ ਨਹੀਂ ਕਰਿਆ। ਇਹ ਕਿਸੇ ਹਿੰਦੂਆਂ ਦੀਆਂ ਬੇਟੀਆਂ ਨੂੰ ਕਿਹਾ, ਕਿਸੇ ਹੋਰ ਦੀਆਂ ਬੇਟੀਆਂ ਨੂੰ, ਕੋਈ ਮੁਸਲਮਾਨ ਕਿਹਾ, ਕੋਈ ਬਾਹਰਲੇ ਧਾੜਵੀ ਲੋਕ ਲੈ ਕੇ ਜਾਂਦੇ ਤੇ ਉਹਨਾਂ 'ਚ ਰੋਟੀ ਨਹੀਂ ਖਾਂਦੇ ਤੇ ਜਿੰਨਾ ਚਿਰ ਉਹਨਾਂ ਨੂੰ ਛਡਾ ਕੇ ਉਹਨਾਂ ਦੇ ਘਰੋਂ ਘਰੀ ਨਹੀਂ ਭੇਜਦੇ ਤੇ। ਪਰ ਐਸੀ ਉਹ ਸਾਡੀਆਂ ਧੀਆਂ ਨਾਲ, ਸਾਡੀਆਂ ਬੇਟੀਆਂ ਨਾਲ ਇਹ ਵਾਅਦਾ ਕਰਦੇ ਹੈ। ਉਹ ਸਾਡੇ ਪੰਜਾਬ 'ਚ ਹਰ ਇੱਕ ਜਥੇਬੰਦੀ ਨੂੰ ਮਿਲੀਆਂ ਨੇ, ਉਹਨਾਂ ਨੇ ਪਕਾਰ ਪਾਈ ਹੈ ਵੀ ਸਾਡੀ ਜਿਹੜੀ ਰੱਖਿਆ ਕਰੀ ਜਾਵੇ, ਅਸੀਂ ਜਿੰਦ ਜਾਨਾਂ ਵਾਰ ਦਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਸੰਘਰਸ਼ ਹੈ ਜਿਹੜਾ ਤਿੱਖਾ ਕਰਾਂਗੇ। ਮੰਗ ਨੂੰ ਲੈ ਕੇ ਡੀਸੀ ਸਾਹਿਬ ਜਾਂ ਗਵਰਨਰ ਨੂੰ ਵੀ ਮੰਗ ਪੱਤਰ ਦਿੱਤਾ ਜਾਏਗਾ? ਅਸੀਂ ਸਾਰਿਆਂ ਵੱਲੋਂ ਸਾਰਿਆਂ ਨੂੰ ਦੇਵਾਂਗੇ, ਸਾਰਿਆਂ ਨੂੰ ਕੁਛ ਕਰਾਂਗੇ, ਪਰ ਸਰਕਾਰ ਨੂੰ ਚੇਤਾਵਨੀ ਦਿਵਾਉਂਦੇ ਹਾਂ, ਨਹੀਂ ਜਿਹੜੀਆਂ 2024 ਦੀਆਂ ਇਲੈਕਸ਼ਨ ਆ ਰਹੀਆਂ ਨੇ, ਬੀਜੇਪੀ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੜ ਨਹੀਂ ਦੇਵਾਂਗੇ ਜੇ ਸਾਡੇ ਉਹ ਬੇਟੀਆਂ ਦੇ ਨਾਲ।